ਵਾਰ ਮੁੜ ਤੋਂ ਜੇਲ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨਸੀਹਤ ਦਿੱਤੀ ਹੈ। ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੀਆਂ ਦੋ ਤਿੰਨ ਟਿੱਪਣੀਆਂ ਪੰਜਾਬ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਲਈ ਕਾਫੀ ਜਿਹੜੀਆਂ ਨੇ ਉਹ ਹਲੂਣਨ ਵਾਲੀਆਂ ਨੇ। ਮਾਣਯੋਗ ਜੱਜ ਸਾਹਿਬ ਉਹਨਾਂ ਨੇ ਇਹਨਾਂ ਤੋਂ ਰਿਪੋਰਟ ਮੰਗੀ 30 ਅਪ੍ਰੈਲ ਤੱਕ ਤੁਸੀਂ ਜਿਹੜੇ ਮੋਬਾਈਲ ਫੜੇ ਗਏ ਕੀ ਕਾਰਵਾਈ ਕੀਤੀ, ਨਸ਼ੇ ਫੜੇ ਗਏ ਕਾਰਵਾਈ ਕੀ ਕੀਤੀ। ਇੱਕ ਵਾਰ ਮੁੜ ਤੋਂ ਜੇਲ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨਸੀਹਤ ਦਿੱਤੀ ਹੈ, ਕਹਿੰਦੇ ਹਰਿਆਣੇ ਤੋਂ ਸਿੱਖੋ ਕਿੱਦਾਂ ਸੁਰੱਖਿਆ ਕੀਤੀ ਜਾਂਦੀ ਹੈ। ਮੇਰੇ ਖਿਆਲ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੀਆਂ ਦੋ ਤਿੰਨ ਟਿੱਪਣੀਆਂ ਪੰਜਾਬ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਲਈ ਕਾਫੀ ਜਿਹੜੀਆਂ ਨੇ ਉਹ ਹਲੂਣਨ ਵਾਲੀਆਂ ਨੇ, ਇਹਨਾਂ ਦੀ ਪੁਲਿਸ ਲਈ ਹਲੂਣਨ ਵਾਲੀਆਂ ਨੇ ਅਤੇ ਜੇਲ੍ਹਾਂ ਦੀ ਸੁਰੱਖਿਆ ਹਲੂਣਨ ਵਾਲੀਆਂ ਨੇ। ਉਹ ਕਹਿੰਦੇ ਕਿ ਤੁਹਾਡੀਆਂ ਜੇਲ੍ਹਾਂ 'ਚੋਂ ਮੋਬਾਈਲ ਮਿਲ ਰਹੇ ਨੇ, ਨਸ਼ੇ ਮਿਲ ਰਹੇ ਨੇ, ਇੱਥੋਂ ਤੱਕ ਕਿ ਗੈਂਗਸਟਰ ਕਥਿਤ ਰੂਪ ਦੇ ਵਿੱਚ ਫਰੌਤੀਆਂ ਦੇ ਟੈਲੀਫੋਨ ਕਰ ਰਹੇ ਨੇ। ਨਾ ਤੁਹਾਡੇ ਤੋਂ ਨਸ਼ਾ ਰੁਕਦਾ ਲਗਾਤਾਰ। ਅਤੇ ਫਿਰ ਯਾਦ ਕਰੋ ਮਾਨਸਾ ਵਾਲੇ ਪਰਮਿੰਦਰ ਸਿੰਘ ਝੋਟੇ ਨੂੰ, ਜਿਹਨੇ ਜੇਲ੍ਹ ਅਥਾਰਟੀ ਦੇ ਉੱਤੇ ਕਾਫੀ ਸਵਾਲ ਚੱਕੇ। ਉਹਨੇ ਮੁਕਤਸਰ ਦੀ ਜੇਲ੍ਹ ਦੀ ਤਾਰੀਫ ਕੀਤੀ ਅਤੇ ਮਾਨਸਾ ਦੀ ਜੇਲ੍ਹ 'ਤੇ ਸਵਾਲ ਉੱਠੇ। ਉਹਨੇ ਆਖਿਆ ਆਹ ਸਾਰਾ ਕੁਝ ਹੁੰਦਾ ਹੈ ਅਤੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਮਾਣਯੋਗ ਜੱਜ ਸਾਹਿਬ ਉਹਨਾਂ ਨੇ ਇਹਨਾਂ ਤੋਂ ਰਿਪੋਰਟ ਮੰਗੀ 30 ਅਪ੍ਰੈਲ ਤੱਕ ਤੁਸੀਂ ਜਿਹੜੇ ਮੋਬਾਈਲ ਫੜੇ ਗਏ ਕੀ ਕਾਰਵਾਈ ਕੀਤੀ, ਨਸ਼ੇ ਫੜੇ ਗਏ ਕਾਰਵਾਈ ਕੀ ਕੀਤੀ। ਉਹ ਕਹਿੰਦੇ ਜੇ ਹੋਰ ਨਹੀਂ ਤੁਹਾਨੂੰ ਕੁਛ ਆਉਂਦਾ ਆ ਤੁਸੀਂ ਆਪਦੇ ਗੁਆਂਢੀ ਰਾਜ ਹਰਿਆਣੇ ਤੋਂ ਹੀ ਸਿੱਖ ਲਓ। ਤੁਹਾਡੇ ਮੁਕਾਬਲੇ ਹਰਿਆਣੇ ਦੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਫਰੌਤੀਆਂ, ਇਸ ਤਰ੍ਹਾਂ ਦੇ ਮੋਬਾਈਲ ਫੋਨ ਅਤੇ ਨਸ਼ਾ ਨਾ ਮਾਤਰ ਫੜਿਆ ਜਾਂਦਾ, ਨਾ ਮਾਤਰ। ਅਜੇ ਕੁਝ ਦਿਨ ਲੰਘੇ ਨੇ, ਇਸੇ ਅਦਾਲਤ ਨੇ, ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਪੰਜਾਬ ਦੀ ਸਰਕਾਰ ਦੀ ਪੁਲਿਸ ਨੂੰ ਕਿਹਾ ਸੀ ਕਿ ਤੁਹਾਡੇ ਅਧਿਕਾਰੀ ਕਿਹੋ ਜਿਹੇ ਨੇ ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਤਫਤੀਸ਼ ਹੀ ਨਹੀਂ ਕਰਨੀ ਆਉਂਦੀ। ਜੇ ਤੁਸੀਂ ਤਫਤੀਸ਼ ਕਰਨੀ ਸਿੱਖਣੀ ਹੈ ਇਹਨਾਂ ਨੂੰ ਹਿਮਾਚਲ ਦੀ ਪੁਲਿਸ ਕੋਲ ਭੇਜੋ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਉਲਟਾ ਬਾਂਸ ਬਰੇਲੀ ਨੂੰ ਜਾਂ ਉਲਟੀ ਗੰਗਾ ਪਹੋਏ ਨੂੰ। ਹੁਣ ਤੱਕ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਲੋਕ
ਖਾਸ ਕਰ ਪੁਲਿਸ ਜਿਹੜੇ ਭਰਤੀ ਹੁੰਦੇ ਨੇ ਉਹ ਸਪੈਸ਼ਲ ਕਮਾਂਡੋ ਦੀ ਟ੍ਰੇਨਿੰਗ ਲੈਣ ਵਾਸਤੇ ਪਟਿਆਲਾ ਅਤੇ ਦੂਜੀ ਫਲੌਰ ਦੀ ਅਕੈਡਮੀ ਵਿੱਚ ਆਉਂਦੇ ਹੈ। ਇਹਦਾ ਮਤਲਬ ਲਗਾਤਾਰ ਸਾਡਾ ਇਹ ਘਟਦਾ ਜਾ ਰਿਹਾ ਹੈ ਅਤੇ ਅਦਾਲਤ ਟਿੱਪਣੀਆਂ ਕਰੇ ਜੇ ਜੇਲ੍ਹਾਂ ਦਾ ਪ੍ਰਬੰਧ ਸਿੱਖਰਾ ਜਾ ਕੇ ਸਿੱਖ ਕੇ ਉਹ ਹਰਿਆਣੇ ਤੋਂ, ਜੇ ਨਸ਼ੀਲੇ ਪਦਾਰਥ ਦੀਆਂ ਤਫਤੀਸ਼ਾਂ ਸਿੱਖਣੀਆਂ ਨੇ ਹਿਮਾਚਲ ਦੀ ਪੁਲਿਸ ਤੋਂ ਸਿੱਖੋ, ਅਤੇ ਫਿਰ ਜਿਹੜੇ ਇਹ ਨੇ ਜਿਨ੍ਹਾਂ ਦੇ ਮੋਢਿਆਂ 'ਤੇ ਨਵਾਂ ਤਾਰਾ ਲਾਉਣ ਲਈ ਥਾਂ ਹੀ ਨਹੀਂ, ਇਹਨਾਂ ਤੋਂ ਕਰਾਉਣਾ ਕੀ ਹੈ, ਇਹ ਕਰਦੇ ਕੀ ਨੇ? ਸਿਰਫ ਟਾਈਮ ਪਾਸ। ਪੰਜਾਬ ਦੇ ਮੁੱਖ ਮੰਤਰੀ ਨੂੰ ਅਜੇ ਤਾਂ ਸਵਾਲ ਇਹ ਉੱਠੀ ਜਾਂਦਾ ਕਿ ਅਜੇ ਤੱਕ DGP ਕਾਰਜਕਾਰੀ ਹੈ, ਪਹਿਲਾਂ ਇਹ SGPC ਵਾਲੇ ਜਥੇਦਾਰ ਕਾਰਜਕਾਰੀ ਲਾ ਲੈਂਦੇ ਹੁੰਦੇ ਸੀ, DGP ਕਾਰਜਕਾਰੀ ਹੈ, ਮੁੱਖ ਮੰਤਰੀ ਸਾਹਿਬ ਬਹੁਤਾ ਸਮਾਂ ਪੰਜਾਬ ਤੋਂ ਬਾਹਰ ਲਾਉਣ ਲੱਗ ਗਏ, ਅਤੇ ਜਦੋਂ ਤੁਹਾਡੇ 'ਤੇ ਇਹ ਟਿੱਪਣੀਆਂ ਆਉਣ, ਚੋਣਾਂ ਦਾ ਟਾਈਮ ਆ ਗਿਆ, ਵਿਰੋਧੀ ਤੁਹਾਡੇ 'ਤੇ ਤੰਜ ਕੱਸਣਗੇ, ਤੁਹਾਡੇ ਕੋਲ ਜਵਾਬ ਕੀ ਹੈ? ਸੋ ਇਹ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੂਜੀ ਵਾਰ ਇਹ ਸਵਾਲ ਚੱਕਿਆ, ਇਹ ਪੰਜਾਬ ਦੀ ਪੁਲਿਸ ਲਈ, ਪੰਜਾਬ ਦੇ ਜੇਲ੍ਹ ਮਹਿਕਮੇ ਲਈ ਬੜਾ ਨਮੋਸ਼ੀਜਨਕ ਹੈ। ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਦੀਆਂ ਢਿੱਲੀਆਂ ਬਾਗਾਂ ਨੂੰ ਕੁਝ ਬਰੋੜਾ ਦੇਣਾ ਚਾਹੀਦਾ ਤਾਂ ਕਿ ਪੰਜਾਬ ਦੀ ਬਦਨਾਮੀ ਹੋਰ ਨਾ ਹੋ ਸਕੇ। ਦੁਬਾਰਾ ਰਿਵਿਊ ਕਰੋ ਤੁਸੀਂ, ਸਾਰੀ ਦੁਨੀਆ ਨੂੰ ਪਤਾ ਹੈ ਕਿ ਸਰਕਾਰ ਚਲਾ ਕੌਣ ਰਿਹਾ, ਇਹ ਤਾਂ ਨਾਂ ਦੇ 92 ਨੇ, ਇੱਥੇ ਦਫ਼ਤਰਾਂ ਦੇ ਵਿੱਚ ਸਮਾਨ ਅੰਤਰ ਸਰਕਾਰਾਂ ਮੁਲਾਜ਼ਮ ਭਰਤੀ ਹੋ ਰਹੇ ਨੇ ਜਿਹੜੇ ਆਪਣੇ ਤੌਰ ਦੇ ਉੱਤੇ ਚਲਾ ਰਹੇ ਨੇ। ਇੱਥੇ ਕਦੇ ਹਸਪਤਾਲਾਂ ਦਾ ਸਵਾਲ ਉੱਠ ਕੱਢਦਾ? ਅੱਜ ਹੀ ਇੱਕ ਲੁਧਿਆਣੇ ਦੀ ਖਬਰ ਆ ਗਈ, ਪਹਿਲਾਂ ਚੂਹਿਆਂ ਦੀ ਆ ਗਈ ਸੀ, ਹੁਣ ਆ ਗਈ ਕਿ ਉੱਥੇ ਲਾਸ਼ ਪਈ ਆ ਮਰੀਜ਼ ਦੇ ਨਾਲ। ਤੁਸੀਂ ਆਪਣਾ ਚੰਗਾ ਕੰਮ ਕਰਦਾ ਸਿਹਤ ਮੰਤਰੀ ਚੋਣਾਂ 'ਚ ਪਾਤਾ, ਜਾਂ ਡੈਪੂਟੇਸ਼ਨ ਤੋਂ ਦੂਜੀਆਂ ਪਾਰਟੀਆਂ 'ਚੋਂ ਲੈ ਕੇ ਆ ਗਏ ਅਤੇ ਕੰਮ ਤੁਹਾਡੇ ਖੜ੍ਹਦੇ ਜਾ ਰਹੇ ਨੇ। ਸੋ ਮੈਂ ਕੌੜੀਆਂ ਗੱਲਾਂ ਕੁਝ ਕੀਤੀਆਂ ਨੇ, ਮੇਰੇ ਛੋਟੇ ਵੀਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਇਹ ਥੋੜ੍ਹੀਆਂ ਜਿਹੀਆਂ ਬਾਗਾਂ ਢਿੱਲੀਆਂ ਨੇ ਇਹਨੂੰ ਮਰੋੜੀ ਦਿਓ, ਮਰੋੜੀ ਦੇ ਕੇ ਇਹਨਾਂ ਨੂੰ ਕੰਮ ਕਰਦੇ ਪਾਸੇ ਲਾਓ, ਨਹੀਂ ਜਿਹੜੇ ਹੋਰ ਕੰਮ ਕਰਨ ਵਾਲੇ ਚੰਗੇ ਅਧਿਕਾਰੀ ਬੈਠੇ ਹੈ ਉਹਨਾਂ ਨੂੰ ਮੌਕਾ ਦਿਓ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ
सिर्फ लोकां दी गल। धर्म धरोहर सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।